ਅਸਲਾਮ ਵਾਲੇਕੁਮ ਮੁਹਤਰਮ, ਕੀ ਹਾਲ ਹੈ? ਠੀਕ ਹੋ? ਸਿਹਤ ਵੀ ਹੈ, ਠੀਕ ਹੈ। ਲੋ ਹਾਂ ਵੀਰ ਜੀ, ਇਹ ਮੇਰੇ ਪਿਆਰੇ ਭਾਈ ਨੇ ਸੋਹਿਲ ਭਾਈ ਆਪਣੇ ਇਲਾਕੇ ਦੇ, ਇਹ ਉਹਨਾਂ ਦੇ ਘਰ ਦੇ ਕੁਝ ਤਾਂ ਕੁਛ 6-7 ਕਬੂਤਰ ਪਕੜੇ, ਜਿਤਨੇ ਉਹਨਾਂ ਕੋਲ ਪਰਵਾਜ਼ੀ ਹੈ ਕਿ ਉਹਨਾਂ ਦਾ ਬੜਾ ਹੀ ਕਬੂਤਰ ਨਸਿਆ ਸੀ। ਇਹ ਜਿਹੜੇ ਕਬੂਤਰ ਲੱਗੇ ਸਨ ਉਹਨਾਂ ਨੇ ਅੱਜ ਉਹ ਵੀ ਗੁੱਸੇ ਨਾਲ ਚਕਾ ਛੱਡੇ। ਅੱਜ ਰਾਤੀ ਉਹਨਾਂ ਦੀ ਇੱਕ ਮਾਦੀ ਨਹੀਂ ਬੈਠੀ, ਉਹਨਾਂ ਗੁੱਸੇ 'ਚ ਉਹ ਵੀ ਚਕਾ ਛੱਡੇ ਨੇ। ਇਹ ਕਬੂਤਰ ਨੇ ਵਿੱਚੋਂ ਕੋਈ 7-8 ਪਕੜੇ ਪਕੜਾਏ ਨੇ, ਬਾਕੀ ਪੀਲੇ ਜਾਲਾਂ ਦੇ ਡੇਰੇ ਦੇ ਲੱਗੇ ਕਬੂਤਰ ਨੇ, ਪੀਲੇ ਜਾਲਾਂ ਦੇ ਡੇਰੇ ਦੇ ਲੱਗੇ ਕਬੂਤਰ ਨੇ। ਅਤੇ ਇਹ ਕਬੂਤਰ ਚੈੱਕ ਕਰਿਓ, ਮਾਸ਼ਾਅੱਲਾ ਇਹ ਉਹਨਾਂ ਦਾ ਆਪਣਾ ਰੰਗ ਹੈ ਜਿਹੜਾ ਲੱਗੇ ਆ। ਇਹ ਧਿਆਨ ਮਾਰੋ ਮਾਦੀ, ਉਹ ਨਰ ਸੀ, ਇਹ ਮਾਦੀ ਧਿਆਨ ਮਾਰੋ, ਪੱਲਾ ਵੀ ਦੇਖੋ, ਮਾਸ਼ਾਅੱਲਾ ਬੜੀ ਕਮਾਲ ਦੀ ਚੀਜ਼ ਆ। ਮਾਸ਼ਾਅੱਲਾ 2 ਪੀਸ 30 ਪੀਸ ਨੇ ਵੀਰ ਜੀ, ਜੇਲਮ ਸਰਾਇਲ ਅਮੀਰ ਤੋਂ, ਇਖਲਾਕ ਬਰਡ ਸ਼ਾਪ ਜਨਾਬ, ਇਖਲਾਕ ਬਰਡ ਹਾਊਸ। ਮੈਂ ਨਾਮ ਚੇਂਜ ਕੀਤਾ ਸੀ ਚੈਨਲ ਮੋਨੀਟਾਈਜ਼ ਕਰਾਉਣ ਵਾਸਤੇ। ਇਹ ਦੇਖੋ ਮਾਸ਼ਾਅੱਲਾ, ਜ਼ੀਰਾ ਪੱਠਾ ਹੈ, ਮਾਸ਼ਾਅੱਲਾ ਬੜਾ ਲਾਜਵਾਬ ਹੈ ਵੀ। ਇਹ ਦੇਖੋ 30 ਪੀਸ ਨੇ, ਜੇਲਮ ਸਰਾਇ ਆਲਮ ਦੀ ਲੋਕੇਸ਼ਨ ਹੈ 0343-50-73-582 ਮੇਰਾ ਰਾਬਤਾ ਨੰਬਰ ਹੈ ਜਨਾਬ। ਕਾਰਗੋ ਆਲ ਪਾਕਿਸਤਾਨ, ਕਾਰਗੋ ਦੇ ਚਾਰਜਸ ਅਗਲੇ ਭਾਈ ਨੇ ਦੇਣੇ ਨੇ। ਇਹ ਜਿਹਨਾਂ ਨੂੰ ਇੱਕ ਜਿਹਾ ਰੰਗ ਲੱਗੇ ਨੇ ਉਹਦੇ ਉੱਡੇ ਉਡਾਏ ਕਬੂਤਰ ਨੇ ਵੀਰ ਜੀ, ਠੀਕ ਹੈ। ਉਹਨੇ ਮੁਕੰਮਲ ਸਿਰਫ ਪੱਠੀਆਂ ਪੱਠੇ ਜਿਹੜੇ ਬੱਚੇ ਸਨ ਉਹਨਾਂ ਦੇ ਬੱਚੇ, ਉਹ ਆਉਂਦਾ ਅੱਗੋਂ ਹੋਰ ਪੱਠੀਆਂ ਪੱਠੇ ਢੇਰ ਘਰ ਦੇ ਜੋੜੇ, ਮਾਸ਼ਾਅੱਲਾ ਉਹਦੇ ਮੈਂ ਦੇਖੇ ਬੜੇ ਲਾਜਵਾਬ ਜੋੜੇ ਨੇ, ਆਉਂਦਾ ਹੋਰ ਕਾਫੀ ਤਿਆਰ ਹੋ ਰਹੇ ਨੇ। ਅਤੇ ਚਲੋ ਇਹ ਦੇ ਛੱਡੀਏ, ਇਹ ਦੇਖੋ ਮਾਸ਼ਾਅੱਲਾ 4-5 ਪੀਸ ਹੋ ਗਏ, ਇਹ 6ਵਾਂ ਪੀਸ ਵੀ ਦੇਖੋ, ਸਾਰੇ ਕਮਾਲ ਦੇ ਪੀਸ ਨੇ ਮਾਸ਼ਾਅੱਲਾ, ਬੜੇ ਲਾਜਵਾਬ ਪੀਸ ਨੇ। ਇਹ ਦੇਖੋ ਮਾਸ਼ਾਅੱਲਾ ਕਬੂਤਰ ਦੀ ਖਲੋਣੀ ਵੇਖੋ ਮਾਸ਼ਾਅੱਲਾ, 6 ਪੀਸ ਹੋ ਗਏ ਵੀਰ ਜੀ। ਇਹ 7ਵਾਂ ਪੀਸ ਵੀ ਦੇਖੋ ਮਾਸ਼ਾਅੱਲਾ, ਇਹ ਦੇਖੋ ਮਾਸ਼ਾਅੱਲਾ, ਇਹ ਨਜ਼ਰ ਮਾਰੋ। ਲਓ ਵੀਰ ਜੀ 8ਵਾਂ ਪੀਸ ਵੀ ਚੈੱਕ ਕਰੋ, ਮਾਸ਼ਾਅੱਲਾ ਰਾਮਪੁਰੀਆਂ 'ਚ ਪੀਸ ਬਣੇ, ਬੜਾ ਕਮਾਲ ਦਾ ਪੱਠਾ ਹੈ ਵੀ। ਇਹ ਧਿਆਨ ਮਾਰੋ, ਇਹ ਧਿਆਨ ਮਾਰੋ, ਮਾਸ਼ਾਅੱਲਾ ਟੈਡੀ ਔਰ ਰਾਮਪੁਰੀਆਂ ਦਾ ਕ੍ਰਾਸ ਹੋਇਆ ਹੈ। 30 ਪੀਸ ਨੇ ਵੀਰ ਜੀ, 30 ਪੀਸ, ਪੀਸ ਵੇਖਦੇ ਜਾਇਓ, ਮੁਕੰਮਲ ਸ਼ੌਕ ਇਸੇ ਵਾਸਤੇ ਭਰਾਵਾਂ ਨੂੰ ਕਰਾ ਰਿਹਾ ਕਿ ਕੋਈ ਭਾਈ ਇਹ ਨਾ ਕਹੇ ਕਿ ਯਾਰ ਚੀਜ਼ ਹੁਣ ਸਹੀ ਵਿਖਾਈ ਨਹੀਂ, ਚੀਜ਼ ਵੇਖਣ ਨਾਲ ਪਤਾ ਚੱਲਦਾ ਕਿ ਚੀਜ਼ ਕੀ ਚੀਜ਼ ਹੈ। ਇਹ ਦੇਖੋ ਮਾਸ਼ਾਅੱਲਾ, ਇਹ ਵੀ ਮਾਦੀ ਜੀ, ਮੇਰੇ ਖਿਆਲ ਮਾਦੀਆਂ ਨੂੰ ਇੱਧਰ ਲਾਇਆ ਨੇ, ਨਰਾਂ ਨੂੰ ਉੱਧਰ ਰੰਗ ਲਾਇਆ ਨੇ, ਇਕੱਠੇ ਹੋ ਗਏ। ਇਹ ਦੇਖੋ ਮਾਸ਼ਾਅੱਲਾ ਵੀਰ ਜੀ, 2, 4, 6, 8, 10 ਪੀਸ ਹੋ ਗਏ ਵੀਰ ਜੀ। ਵੀਰ ਜੀ ਮਾਸ਼ਾਅੱਲਾ ਗੋਲਡਨ ਕਬੂਤਰ, 11ਵਾਂ ਪੀਸ ਚੈੱਕ ਕਰੋ ਮਾਸ਼ਾਅੱਲਾ, ਇਹ ਕਬੂਤਰ ਚੈੱਕ ਕਰੋ, 0 ਫੁੱਲੀ ਮਾਦੀ ਮਾਸ਼ਾਅੱਲਾ। ਇਹ ਦੇਖੋ ਮਾਸ਼ਾਅੱਲਾ, ਇਹ ਵਿੱਚ ਜਿਹੜੇ ਪਕੜਦੇ ਨਾ ਹੋਰ ਰੰਗ ਵਾਲੇ ਜਿਹੜੇ ਕਬੂਤਰ ਨਜ਼ਰ ਆ ਰਹੇ ਨੇ, ਸਮਝੋ ਕਿ ਉਹ ਪਕੜਦੇ ਵਿੱਚ ਕਬੂਤਰ ਉਹਨਾਂ ਦੇ ਕੋਲ ਜਿਹੜੇ ਉਹਨਾਂ ਨੇ ਪਕੜੇ ਕੱਚੀਆਂ ਫੜਕਾਂ ਦੇ ਵਿੱਚ ਨਾਲ ਲਾ ਲਏ ਸਨ। ਇਹ ਦੇਖੋ ਮਾਸ਼ਾਅੱਲਾ, ਕਿਉਂਕਿ ਇਹਨੇ 3-4 ਟੂਰਨਾਮੈਂਟ ਆਏ ਨੇ, ਇੱਕ 'ਚੋਂ ਰਹਿ ਗਿਆ, 2 'ਚੋਂ 1 'ਚ ਬਰਾਬਰ ਹੋ ਗਿਆ ਸੀ, 2 ਉਹਨੇ ਜਿੱਤੇ ਨੇ। ਇਹ ਵੇਖੋ ਮਾਸ਼ਾਅੱਲਾ ਸਿਆਲਕੋਟੀ, ਇਹ ਸਿਆਲਕੋਟੀ ਪੱਠੀ ਹੈ ਮਾਸ਼ਾਅੱਲਾ, ਜਿਸ ਮੇਰੇ ਵੀਰ ਭਰਾ ਨੂੰ ਸਮਝ ਆਉਣ ਉਹ ਜ਼ਰੂਰ ਰਾਬਤਾ ਕਰੇ। ਇਹ ਦੇਖੋ ਮਾਸ਼ਾਅੱਲਾ ਬਟੇਰੀ, ਨਰ ਨਿਕਲਦਾ ਜਾਂ ਮਾਦੀ ਨਿਕਲਦੀ ਹੈ, ਇਹ ਦੇਖੋ ਮਾਸ਼ਾਅੱਲਾ। ਹਾਏ ਹਾਏ ਹਾਏ, ਬੜਾ ਕਬੂਤਰ ਹੈ, ਇਸ ਤੋਂ ਅੱਜ ਚੈੱਕ ਕਰਿਓ ਮਾਸ਼ਾਅੱਲਾ, ਬੜਾ ਹੀ ਮੈਨੂੰ ਉੱਥੇ ਵੀ ਬੜੇ ਅੱਛੇ ਦਿਲ ਨੂੰ ਲੱਗਾ ਵੈ। ਅਸਲ ਉਹਨਾਂ ਦੇ ਅੱਜ ਨਾ ਖੁਦਕੀ ਹੋਈ ਸੀ, ਅਤੇ ਉਹ ਆਉਂਦਾ ਯਾਰ ਮੇਰੇ ਕੋਲ ਨਾ ਟਾਈਮ ਕੋਲ ਨਹੀਂ, ਮੈਂ ਕਿਹਾ ਚੱਲ ਯਾਰ ਅੱਜ ਟਾਈਮ ਕੋਲ ਨਹੀਂ ਤਾਂ ਸ਼ਹਿਰ ਆਉਣੇ ਤਾਂ ਲੈ ਆਉਂਦੇ ਹਾਂ ਉਰੇ। ਇਹ ਦੇਖੋ ਕਬੂਤਰ,
ਇਹਦਾ ਪੱਲਾ ਵੀ ਦੇਖੋ, ਇਹ ਵੇਖੋ ਮਾਸ਼ਾਅੱਲਾ, ਬੜੇ ਵਿੱਢਾਂ ਵਾਲੇ ਕਬੂਤਰ ਨੇ ਵੀਰ ਜੀ। ਇਨਸ਼ਾਅੱਲਾ ਜਿਹੜਾ ਭਰਾ ਲਵੇਗਾ ਯਾਦ ਕਰੇਗਾ 30 ਕਬੂਤਰ ਨੇ ਵੀਰ ਜੀ, 500 ਰੁਪਏ ਪਰ ਨੇ। ਜੇਲਮ ਸਰਾਏ ਆਲਮਗੀਰ ਲੋਕੇਸ਼ਨ ਹੈ 0343-5073-582 ਮੇਰਾ ਰਾਬਤਾ ਨੰਬਰ ਹੈ। ਇਹ ਦੇਖੋ ਮਾਸ਼ਾਅੱਲਾ ਕਾਰਗੋ ਹੋ ਜਾਏਗਾ, ਕਾਰਗੋ ਦੇ ਚਾਰਜਸ ਅਗਲੇ ਭਾਈ ਦੇ ਨੇ। ਇਹ ਰੰਗਾਂ ਤੋਂ ਬਗੈਰ ਵਾਲੇ ਸਿਸਟਮ, ਇਹ ਵੇਖੋ ਜੀ, ਇਹ ਕਬੂਤਰ ਵੱਲ ਗੌਰ ਕਰਨੀ ਹੈ ਵੀਰ ਜੀ, ਇਹ ਕਬੂਤਰ ਵੱਲ ਗੌਰ ਕਰਨੀ ਹੈ। ਉਹਨੇ ਜੋੜਿਆਂ ਵਿੱਚ ਵਾਸਤੇ ਰੱਖੇ ਸਨ ਕੱਢ ਕੇ। ਇਹ ਵੇਖੋ ਮਾਸ਼ਾਅੱਲਾ, ਇਹ ਨਜ਼ਰ ਮਾਰੋ ਮਾਸ਼ਾਅੱਲਾ, ਇਹ ਮਾਦੀ ਚੈੱਕ ਕਰੋ ਮਾਸ਼ਾਅੱਲਾ। ਬੜੀ ਕਮਾਲ ਦੀ ਮਾਦੀ ਹੈ ਮਾਸ਼ਾਅੱਲਾ। ਇਹ ਦੇਖੋ ਮਾਸ਼ਾਅੱਲਾ ਵੀਰ ਜੀ, ਚੀਨਾ ਟੈਡੀ ਕਬੂਤਰ ਹੈ ਮਾਸ਼ਾਅੱਲਾ, ਇਹ ਨਜ਼ਰ ਮਾਰੋ। ਇਹ ਕਬੂਤਰ ਚੈੱਕ ਕਰੋ ਮਾਸ਼ਾਅੱਲਾ, ਇਹ ਸਾਰੇ ਉਹਨੇ ਜੋੜਿਆਂ ਵਾਸਤੇ ਭੰਮੇ ਕੱਢੇ ਸਨ, ਸਭ ਪ੍ਰਵਾਸੀ ਕਬੂਤਰ ਹਨ। ਓਏ ਕਿਆ ਬਾਤ ਹੈ, ਇਹ ਦੇਖੋ ਮਾਸ਼ਾਅੱਲਾ ਵੀਰ ਜੀ, ਇਹ ਨਜ਼ਰ ਮਾਰੋ, ਇਸ ਕਬੂਤਰ ਨੂੰ ਗੌਰ ਕਰਨਾ, ਕਬੂਤਰ ਨੂੰ ਫੇਟਾ ਤੁਸੀਂ। ਸਹੀ ਹੈ, ਹੈਂ ਸਹੀ ਹੈ, ਸਹੀ ਹੈ, ਕਿਉਂਕਿ ਯਾਰ ਬਾਅਦ 'ਚ ਕੰਪਲੇਨ ਕੋਈ ਭਾਈ ਕਰਾਂ ਨਾ ਤਾਂ ਦੁੱਖ ਹੁੰਦਾ। ਇਹ ਇੱਕ ਵੱਡਾ ਕਬੂਤਰ ਹੈ, ਇਹ ਵੀ ਉੱਡਣ ਦੇ ਕਾਬਲ ਹੈ। ਇਹ ਦੇਖੋ ਮਾਸ਼ਾਅੱਲਾ, ਇਹ ਦੇਖੋ ਮਾਸ਼ਾਅੱਲਾ ਪੁੱਠੀ, ਵੀਰ ਜੀ ਵੀਡੀਓ ਲੰਮੀ ਕਰਨ ਦਾ ਮਕਸਦ ਇਹ ਹੀ ਹੁੰਦਾ ਵਾ ਕਿ ਭਰਾਵਾਂ ਨੂੰ ਚੀਜ਼ ਵਾਜ਼ਿਆ ਸਮਝ ਆਏ। ਇਹ ਦੇਖੋ ਮਾਸ਼ਾਅੱਲਾ, ਇਹ ਕੱਟਿਆ ਕਬੂਤਰ, ਇਹ ਦੇਖੋ ਕੀ ਪੀਸ ਨੇ। ਜੇਲਮ ਸਰਾਏ ਆਲਮਗੀਰ ਲੋਕੇਸ਼ਨ 0343-5073-582 ਗੋਲਡਨ ਮਾਦੀ ਮੀਆਂ ਸਾਹਿਬ ਵਾਲੀ। ਇਹ ਦੇਖੋ ਮਾਸ਼ਾਅੱਲਾ ਮਾਦੀ, ਇਹ ਦੇਖੋ ਜਨਾਬ ਆਖਰੀ ਪੀਸ, ਇਹ ਆਖਰੀ ਪੀਸ ਨੇ। ਇਹ ਦੇਖੋ ਮਾਸ਼ਾਅੱਲਾ ਵੀਰ ਜੀ, ਲਓ ਵੀਰ ਜੀ ਇਹ ਚੈੱਕ ਕਰ ਲਓ ਮਾਸ਼ਾਅੱਲਾ ਵੀਰ ਜੀ, ਇਹ 30 ਪੀਸ ਨੇ, 15,000 ਦੇ ਫਾਈਨਲ ਨੇ। ਜਿਸ ਮੇਰੇ ਵੀਰ ਭਰਾ ਨੂੰ ਰੇਟ ਔਰ ਚੀਜ਼ ਸਮਝ ਆਏ ਬਸ ਉਹ ਮੇਰਾ ਭਾਈ ਰਾਬਤਾ ਕਰੇ, ਜਿਸ ਨੂੰ ਰੇਟ ਔਰ ਚੀਜ਼ ਸਮਝ ਨਾ ਆਏ ਉਹ ਬੇਸ਼ੱਕ ਨਾ ਰਾਬਤਾ ਕਰੇ ਭਾਈ। ਰੇਟ ਮੇਰਾ ਫਾਈਨਲ ਫੁੱਲ ਐਂਡ ਫਾਈਨਲ, ਕਾਰਗੋ ਹੋ ਜਾਏਗਾ, ਕਾਰਗੋ ਦੇ ਚਾਰਜਸ ਅਗਲੇ ਭਾਈ ਦੇ ਨੇ। ਜਿਸ ਮੇਰੇ ਵੀਰ ਭਰਾ ਨੂੰ ਸਮਝ ਆ ਰਾਬਤਾ ਕਰ ਲੈਣ ਜਨਾਬ, ਇਜਾਜ਼ਤ ਦਿਓ, ਦੁਆਵਾਂ ਯਾਦ ਰੱਖਿਓ, ਅੱਲਾਹ ਹਾਫਿਜ਼। ਨੰਬਰ ਆਖਰ 'ਤੇ ਮੈਂ ਬੋਲ ਦਿੰਦਾ 0343-5073-582, ਠੀਕ ਹੈ ਜਨਾਬ। ਜੇਲਮ ਸਰਾਏ ਆਲਮਗੀਰ ਲੋਕੇਸ਼ਨ, ਵੀਡੀਓ ਪੂਰੀ ਦੇਖ ਕੇ ਰਾਬਤਾ ਕਰਿਆ ਕਰੋ ਭਾਈ, ਅੱਧੀ ਵੀਡੀਓ ਦੇਖ ਕੇ ਭਾਈ ਰਾਬਤਾ ਕਰਦੇ ਨੇ ਫਿਰ ਆਉਂਦੇ ਨੇ ਯਾਰ ਰੇਟ ਅਸਾਂ ਨਹੀਂ ਦੇਖਿਆ। ਅਸੀਂ ਹਰ ਵੀਡੀਓ ਦੇ ਵਿੱਚ ਰੇਟ ਐਂਡ 'ਤੇ ਲਾਜ਼ਮੀ ਬੋਲਿਆ ਹੁੰਦਾ,